ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਫੋਕਸ ਤੇ ਮੈਂ ਤੁਹਾਡੇ ਨਾਲ ਪੂਜਾ ਰਾਣੀ ਜ਼ਿਲ੍ਹਾ ਤਰਨਤਾਰਨ ਦੇ ਭਿੱਖੀ ਪਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਕਾਲੇ ਦੇ ਨਜ਼ਦੀਕ ਇੱਕ ਤੇਜ਼ ਰਫ਼ਤਾਰ ਸਵਿਫਟ ਡਿਜ਼ਾਇਰ ਕਾਰ ਦਰਖਤ 'ਚ ਵੱਜਣ ਕਾਰਨ ਵਾਪਰਿਆ ਭਿਆਨਕ ਹਾਦਸਾ ਹਾਦਸੇ ਵਿੱਚ ਦੋ ਔਰਤਾਂ ਅਤੇ ਇੱਕ ਨੌਜਵਾਨ ਦੀ ਹੋਈ ਮੌਤ ਦੱਸ ਦਈਏ ਕਿ ਦੋਨਾਂ ਔਰਤਾਂ ਅਤੇ ਨੌਜਵਾਨ ਭਿੱਖੀ ਪਿੰਡ ਦੀ ਕੋਟਕ ਮਹਿੰਦਰਾ ਬੈਂਕ ਵਿੱਚ ਨੌਕਰੀ ਕਰਦੇ ਸਨ ਅਤੇ ਸਵੇਰੇ ਅੰਮ੍ਰਿਤਸਰ ਤੋਂ ਆਪਣੀ ਕਾਰ ਵਿੱਚ ਸਵਾਰ ਹੋ ਕੇ ਪੱਟੀ ਤੋਂ ਸਟਾਫ ਮੈਂਬਰ ਨੂੰ ਨਾਲ ਲੈ ਕੇ ਪੱਟੀ ਤੋਂ ਭਿੱਖੀ ਪਿੰਡ ਨੂੰ ਆ ਰਹੇ ਸਨ ਤਾਂ ਜਦ ਉਹ ਪਿੰਡ ਕਾਲੇ ਦੇ ਨਜ਼ਦੀਕ ਪਹੁੰਚੇ ਤਾਂ ਉੱਥੇ ਸੜਕ ਮਹਿਕਮੇ ਵੱਲੋਂ ਬਣਾਏ ਗਏ ਨਵੇਂ ਪੁਲ ਦੀ ਸੜਕ ਬੈਠੀ ਹੋਈ ਹੈ ਜਿਸ ਕਾਰਨ ਇਹ ਤੇਜ਼ ਰਫ਼ਤਾਰ ਕਾਰ ਉਸ ਟੋਏ ਵਿੱਚ ਜਾ ਵੱਜੀ ਜਿਸ ਕਾਰਨ ਕਾਰ ਚਲਾ ਰਹੇ ਜਸਵੀਰ ਸਿੰਘ ਤੋਂ ਕਾਰ ਸੰਭਲੀ ਨਹੀਂ ਗਈ ਅਤੇ ਕਾਰ ਦਰਖਤ ਨਾਲ ਜਾ ਟਕਰਾਈ ਦੱਸ ਦਈਏ ਕਿ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦਾ ਇੰਜਨ 10 ਫੁੱਟ ਦੀ ਦੂਰੀ 'ਤੇ ਜਾ ਡਿੱਗਾ ਅਤੇ ਤਿੰਨਾਂ ਦੀ ਹੀ ਮੌਕੇ 'ਤੇ ਮੌਤ ਹੋ ਗਈ ਮਰਨ ਵਾਲੇ ਵਿਅਕਤੀਆਂ ਦੀ ਪਹਿਚਾਣ ਜਸਵੀਰ ਸਿੰਘ ਵਾਸੀ ਅੰਮ੍ਰਿਤਸਰ ਸਨਮੀਤ ਕੌਰ ਵਾਸੀ ਅੰਮ੍ਰਿਤਸਰ ਅਤੇ ਬਲਜੀਤ ਕੌਰ ਵਾਸੀ ਪੱਟੀ ਵਜੋਂ ਹੋਈ ਹੈ ਫਿਲਹਾਲ ਥਾਣਾ ਭਿੱਖੀ ਪਿੰਡ ਦੀ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਬਲਿਕ ਸਪੋਰਟ ਨਿਊਜ਼ ਫੋਕਸ ਦੇ ਨਾਲ ਤਰਨ ਤਾਰਨ ਤੋਂ ਰਸ਼ਪਾਲ ਪੰਨੋ ਦੀ ਰਿਪੋਰਟ ਜੀ ਮੈਂ ਕੋਟਕ ਮਹਿੰਦਰਾ ਬੈਂਕ ਤੇ ਗਾਰਡ ਡਿਊਟੀ ਕਰਦਾ ਹਾਂ ਇਹ ਜਿਹੜਾ ਐਕਸੀਡੈਂਟ ਹੋਇਆ ਇਹ ਕੌਣ ਸਨ ਜੀ ਇਹ ਬ੍ਰਾਂਚ ਹੈਡਾ ਜਸਵੀਰ ਸਿੰਘ ਤੇ ਨਾਲ ਜਿਹੜੇ ਦੋ ਲੇਡੀਜ਼ ਸਮੀਤ ਜਿਹੜੀ ਕੈਸ਼ੀਅਰ ਆ ਤੇ ਆਪਰੇਸ਼ਨ ਹੈਡ ਜਿਹੜੀ ਬਲਜੀਤ ਕੌਰ ਪੱਟੀ ਤੋਂ ਆ ਤੇ ਇਹ ਕਿੱਥੋਂ ਦੇ ਰਹਿਣ ਵਾਲੇ ਜੀ ਇਹ ਜਿਹੜੇ ਬ੍ਰਾਂਚ ਹੈਡ ਉਹ ਅੰਮ੍ਰਿਤਸਰ ਦੇ ਆ ਤੇ ਸਮੀਰ ਮੈਡਮ ਜਿਹੜੀ ਕੈਸ਼ੀਅਰ ਉਹ ਵੀ ਅੰਮ੍ਰਿਤਸਰ ਦੇ ਹੀ ਆ ਇਹ ਕਿੱਧਰੋਂ ਆਪਰੇਸ਼ਨ ਹੈਡ ਜਿਹੜੇ ਉਹ ਬਲਜੀਤ ਕੌਰ ਉਹ ਪੱਟੀ ਦੇ ਆ ਇਹ ਕਿੱਧਰੋਂ ਆ ਰਹੇ ਸੀ ਕਿੱਧਰ ਨੂੰ ਜਾ ਰਹੇ ਇਹ ਅੰਮ੍ਰਿਤਸਰ ਤੋਂ ਹੋ ਕੇ ਪੱਟੀਓਂ ਮੈਡਮ ਬਲਜੀਤ ਕੌਰ ਨੂੰ ਭਾ ਕੇ ਨਾ ਭਿੱਖੀ ਵਿਣਾਉਣਾ ਆਰਡਰ ਚੱਲਣ ਡਿਆ ਕੱਲ ਦਾ ਉਸ ਤਰ੍ਹਾਂ ਬ੍ਰਾਂਚ ਦਾ ਟਾਈਮ 9 ਵਜੇ ਉਹਨਾਂ 8:30 ਉੱਤੇ ਪਹੁੰਚਣਾ ਸੀ ਤੇ ਕੀ ਇੱਕ ਐਕਸੀਡੈਂਟ ਦਾ ਕਾਰਨ ਕੀ ਹੈ ਜੀ ਐਕਸੀਡੈਂਟ ਦਾ ਕਾਰਨ ਭਾਜੀ ਸਾਡੇ ਆਉਂਦਿਆਂ ਨੂੰ ਤਾਂ ਐਕਸੀਡੈਂਟ ਹੋ ਚੁੱਕਾ ਸੀ ਕਿ ਮੌਕੇ ਤੇ ਜਿਹੜੇ ਉਹਨਾਂ ਨੂੰ ਪਤਾ ਹੋਏ ਗੱਲ ਦਾ ਵੀ ਚਾਹੇ ਤੇ ਸਟੀਅਰਿੰਗ ਫੇਲ ਹੋ ਗਿਆ ਗੱਡੀ ਦਾ ਚਾਹੇ ਹੁਣ ਰੱਬ ਨੂੰ ਪਤਾ ਚਾਹੇ ਪਰਮਾਤਮਾ ਨੂੰ ਪਤਾ ਵੀ ਕੀ ਕਾਰਨ ਬਣਿਆ ਵਾ ਇਹੋ ਆਰਡਰ ਚੱਲਣ ਡਿਆ ਉਸ ਤਰ੍ਹਾਂ ਬ੍ਰਾਂਚ ਦਾ ਟਾਈਮ 9 ਵਜੇ ਦਾ ਓਪਨ ਦਾ ਤੇ ਉਹਨਾਂ 8:30 ਪਹੁੰਚੋ ਪਹਿਲਾਂ ਪਹੁੰਚਣਾ ਵੀ ਲੇਟ ਨਾ ਹੋਈਏ ਕਿਤੇ ਆਰਡਰ ਕਹੇ ਨਾ ਸਾਨੂੰ ਵੀ ਬ੍ਰਾਂਚ ਤੋਂ ਲੇਟ ਆਏ ਆ ਤੇ ਉਹਨਾਂ 8:30 ਪਹੁੰਚਣਾ ਸੀ ਬ੍ਰਾਂਚ ਦੇ ਵਿੱਚ ਆਰਡਰ ਕਿਦਨ ਦਾ ਚੱਲਦਾ ਪਿਆ ਕੱਲ ਦਾ ਕੱਲ ਨੂੰ ਸਰਜਰੀ ਚੱਲਦਾ ਰਿਹਾ ਤੇ ਉਹਨਾਂ ਦੇ ਮਾਨਸਿਕ ਕੋਈ ਦਬਾਅ ਹੈ ਟਾਈਮ ਨਾ ਪਹੁੰਚਣ ਦਾ ਹਾਂਜੀ ਹਾਂਜੀ ਉਹ ਤਾਂ ਹੁੰਦਾ ਹੀ ਆ ਤੁਹਾਨੂੰ ਪਤਾ ਵੀ ਜਦੋਂ ਅਫਸਰ ਆਉਂਦਾ ਕੋਈ ਵੀ ਆ ਤੇ ਸਟਾਫ ਨੇ ਦਬਾਅ ਹੁੰਦਾ ਹੀ ਆ ਤੇ ਤੁਹਾਨੂੰ ਵੀ ਹੁਣ ਸੱਦਾ ਜਾ ਰਿਹਾ ਹਾਂਜੀ ਸਾਨੂੰ ਸੱਦਾ ਜਾ ਰਿਹਾ ਉੱਥੇ ਤੁਸੀਂ ਬ੍ਰਾਂਚ ਪਹੁੰਚੋ ਕਿਤੇ ਫੇਰ ਹੀ ਪਹੁੰਚਾਂਗੇ ਉੱਥੇ ਹੁਣ ਐਡੀਆਂ ਵੱਡੀਆਂ ਜਾਨਾਂ ਚੱਲ ਪਈਆਂ ਤਿੰਨ ਘਰ ਬਰਬਾਦ ਹੋ ਗਏ ਦੋ ਕੁੜੀਆਂ ਕੁਵਾਰੀਆਂ ਸੀ ਜਿਹੜੀਆਂ ਹਾਂਜੀ ਹਾਂ ਪਰ ਅਫਸਰਾਂ ਨੂੰ ਕੋਈ ਨਹੀਂ ਹੈਗਾ ਇਹਨਾਂ ਅਫਸਰਾਂ ਨੂੰ ਕੋਈ ਨਹੀਂ ਇਹਦੇ ਬਾਰੇ ਕੋਈ ਪਰਿਵਾਰਕ ਮੈਂਬਰ ਇਹਨਾਂ ਦੇ ਕਿਸੇ ਨੂੰ ਪਰਿਵਾਰਕ ਮੈਂਬਰ ਚਲੋ ਗੱਲਬਾਤ ਹੋਣ ਡਈ ਉਹਨਾਂ ਦੇ ਫੋਨ ਤੇ ਉਹ ਵੀ ਪਹੁੰਚ ਰਹੇ ਤਾਂ ਪਤੰਬਰ ਸਰੋਣਾ ਕਿਸੇ ਨੇ ਪੱਟੇ ਮੈਨੇਜਰ ਸਾਹਿਬ ਵਿਆਹ ਸਨ ਹਾਂਜੀ ਇਹ ਵਿਆਹ ਸਨ ਕਿੰਨੇ ਬੱਚੇ ਤੁਹਾਨੂੰ ਇਹਨਾਂ ਦੇ ਬੱਚੇ ਆ ਇਹਨਾਂ ਨਹੀਂ ਪਤਾ ਦੋ ਆ ਕੇ ਇੱਕ ਆ ਬੱਚੇ ਹੈ ਇਹਨਾਂ ਦੇ ਹਾਂਜੀ ਕੀ ਨਾਂ ਤੁਹਾਡਾ ਤੇ ਕੀ ਗੱਲ ਹੋਈ ਹੈ ਜੀ ਸਾਰੀ ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਅੱਜ ਕੀ ਗੱਲ ਹੋਈ ਹੈ ਜੀ ਸਰ ਇੱਥੇ ਨਾ ਐਕਸੀਡੈਂਟ ਹੋਇਆ ਇਹ ਨਾ ਕੋਟਕ ਮਹਿੰਦਰਾ ਦਾ ਬ੍ਰਾਂਚ ਮੈਨੇਜਰ ਹੈ ਔਰ ਦੋ ਦੇ ਨਾਲ ਦੋ ਉਹਦੇ ਸਟਾਫ ਮੈਂਬਰ ਮੈਡਮਾਂ ਨੇ ਇਹ ਉੱਥੋਂ ਆਪਣੀ ਬੈਂਕ ਡਿਊਟੀ ਲਈ ਆ ਰਿਹਾ ਸੀ ਅਤੇ ਇੱਥੇ ਕਾਲਿਆਂ ਦੇ ਲਾਗੇ ਇੱਥੇ ਸੜਕ ਬੈਠੀ ਹੋਈ ਆ ਉੱਥੇ ਪੁਲ ਦੇ ਨਾਲ ਉੱਥੇ ਗੱਡੀ ਜਦੋਂ ਉੱਥੇ ਆਈ ਆ ਤਾਂ ਉਹਨਾਂ ਤੋਂ ਉਦੋਂ ਬਾਅਦ ਕੰਟਰੋਲ ਨਹੀਂ ਹੋਈ ਗੱਡੀ ਦਰਖਤ ਦੇ ਵਿੱਚ ਆ ਕੇ ਵੱਜੀ ਆ ਅਤੇ ਡੈਥ ਹੋ ਗਈ ਆ ਜੀ ਤਿੰਨਾਂ ਦੀ ਅਤੇ ਘਰਦਿਆਂ ਨੂੰ ਉਹਨਾਂ ਦੇ ਕਿਸੇ ਨੂੰ ਕੋਈ ਪਤਾ ਲੱਗਾ ਜੀ ਨਹੀਂ ਘਰਦੇ ਨਹੀਂ ਜੀ ਹਾਲੇ ਜਿਹੜੇ ਇਹਨਾਂ ਦੇ ਨਾਲ ਬੰਦੇ ਉੱਥੇ ਬੈਂਕ ਦੇ ਵਿੱਚ ਜੋਬ ਕਰਦੇ ਉਹਨਾਂ ਦਾ ਪਤਾ ਲੱਗ ਗਿਆ ਉਹ ਆ ਗਏ ਨੇ ਬ੍ਰਾਂਚ ਮੈਨੇਜਰ ਆ ਉਹਨਾਂ ਦਾ ਆਈਡੀ ਕਾਰਡ ਹੈ ਜਸਵੀਰ ਸਿੰਘ ਹੈ ਜੀ ਅਤੇ ਕੋਈ ਪਰਿਵਾਰ ਮੈਂ ਕੋਈ ਪੁਲਿਸ ਵਾਲਾ ਕੋਈ ਮੌਕੇ 'ਤੇ ਆ ਸਕਿਆ ਨਹੀਂ ਹਾਲੇ ਪੁਲਿਸ ਵਾਲੇ ਦਾ ਕੋਈ ਨਹੀਂ ਜੀ ਹਾਲੇ ਆਏ ਚਲੋ ਕੋਟਕ ਮਹਿੰਦਰਾ ਬੈਂਕ ਆ ਮਾੜੀ ਕੌਰ ਸਿੰਘ ਦਾ ਸਟਾਫ ਸੀ ਕਿ ਇੱਕ ਮੈਨੇਜਰ ਸੀ ਜਸਵੀਰ ਸਿੰਘ ਅਤੇ ਬਲਜੀਤ ਕੌਰ ਲੇਡੀ ਸੀ ਇਹ ਪੱਟੀ ਤੋਂ ਹੀ ਮੈਨੇਜਰ ਸਾਹਿਬ ਅੰਮ੍ਰਿਤਸਰ ਤੋਂ ਅਤੇ ਸੁਮੀਤ ਕੌਰ ਕੈਸ਼ੀਅਰ ਜਿਹੜੀ ਇਹ ਵੀ ਨਾਲ ਅੰਮ੍ਰਿਤਸਰ ਤੋਂ ਇਹ ਉਧਰੋਂ ਕੋਈ ਬੈਂਕ ਦੇ ਕੰਮ ਦੇ ਵਿੱਚ ਤੜਕੇ ਆ ਰਹੇ ਸੀ ਕੋਈ 8 ਵਜੇ ਦਾ ਟਾਈਮ ਆ ਇੱਥੇ ਆ ਪੁਲ ਦੇ ਲਾਗੇ ਜਦੋਂ ਇਹ ਗੱਡੀ ਸਪੀਡ 'ਚ ਆ ਰਹੀ ਆ ਅਤੇ ਖੱਬੇ ਹੱਥ ਆਪਣੀ ਸਾਈਡ ਇਹਨਾਂ ਤੋਂ ਕਿਤੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਟਾਹਲੀ ਦੇ ਵਿੱਚ ਵੱਜੀ ਅਤੇ ਤਿੰਨਾਂ ਹੀ ਜਿਹੜੇ ਮੌਕੇ 'ਤੇ ਡੈਥ ਹੋ ਗਈ ਸਰ ਇਹ ਤਾਂ ਕਹਿਣਾ ਵਾ ਕਿ ਉੱਥੇ ਜਿਹੜੇ ਡੈਂਪ ਬਣਿਆ ਉਹਦੇ ਤੋਂ ਬੁੜਕੀ ਆ ਗੱਡੀ ਅਤੇ ਫਿਰ ਇੱਧਰ ਜਿਹੜੇ ਲੋਕ ਮੌਜੂਦ ਨੇ ਉਹਨਾਂ ਨੇ ਦੱਸਿਆ ਹੋ ਸਕਦਾ ਇਹ ਵੀ ਗੱਲ ਹੋ ਸਕਦੀ ਉੱਥੇ ਥੋੜ੍ਹਾ ਜਿਹਾ ਜੰਪ ਹੈ ਵਾ ਪ੍ਰੋਬਲਮ ਆਉਂਦੀ ਜਿਹੜੇ ਨਵੇਂ ਆਉਂਦੇ ਆ ਇੱਧਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਜਿਹੜੇ ਪੁਰਾਣੇ ਉਹਨਾਂ ਨੂੰ ਪਤਾ ਉਹ ਥੋੜ੍ਹੇ ਸਲੋ ਕਰ ਲੈਂਦੇ ਐਕਸੀਡੈਂਟ ਦਾ ਕਾਰਨ ਉਹ ਬਣ ਸਕਦਾ ਹੋ ਸਕਦਾ ਇਹ ਵੀ ਬਣ ਸਕਦਾ ਜੀ ਅਤੇ ਪੁਲਿਸ ਕੀ ਕਾਰਵਾਈ ਕਰਦੀ ਬਸ ਉਹਨੂੰ ਲਾਸ਼ ਕਬਜ਼ੇ 'ਚ ਤਿੰਨੇ ਲੈ ਲਈਆਂ ਲਾਸ਼ਾਂ ਅਤੇ ਆਪਾਂ ਜਿਹੜੀ ਬਣਦੀ ਕਾਰਵਾਈ ਕਰਾਂਗੇ